प्रसिद्धि कबूलियत वस्ते बलन सलवात अल्लाहुम्मा सल्ले अला मुहम्मदिन व आलिह। पाक इमाम ज़माना दी आमद और सलामती वास्ते अखां बंद करके बलन सलवात अल्लाहुम्मा सल्ले अला मुहम्मदिन व आलिह। नारे तकबीर बावाज़े बुलंद, नारे तकबीर, नारे रिसालत, नारे रिसालत, नारे हैदरिया। बावाज़े बुलंद दुआयात बुलंद करके नारे हैदरिया, हुसैनियात, यजीदियात, आले मोहम्मद दुश्मन तिलानात, पाक इमाम ज़माना सरकार दे दुश्मन तिलानात, बारे दीगर बलंद सलवात पढ़ो। अल्लाहुम्मा सल्ले अला मुहम्मद व आले मुहम्मद। मौला थोड़े मुकद्दस मुकाम ते टुरा कबूल फरमा। पाक हुसैन दी अम्मा तमाम बानियान दा जिन्हें जिन्हें आज मजलूम करबला दे जिक्र च हिस्सा कीता, मालिक तमाम दा खर्च अखराजात अपने दरबार च कबूल फरमा। इन्हां ने मल बदली अजादारी दा सवाब जुमला जितने मजलूम करबला दे जदार मेरे मौला को रो के टुर गए, जिक्र पढ़ के टुर गए। मालिक तमाम दे दर्जात बुलंद फरमा। जेड़े जेड़े ये मौला दे सोने बार गाए ची सर लेने पैन, उन्होंने जितने बजुर्ग अजीज व अकारिब रिश्तेदार इन दुनिया तो टुर गए, मालिक तमाम दे दर्जात बुलंद फरमा। मेरे बाद इमाम हुसैन ने अजीम मदा खान, मेरे भाई सरदार अजहर अब्बास मौजूद हैं। अगर जनाब की इजाजत हो मंगावनी दुआ आई, थोड़ी जी नौकरी ही खन जा वे अपने भाई को भी मर दे, वह इजाजत नौकरी शुरू कर। बिस्मिल्लाह रहमान रहीम, अल्लाहुम्म कुल वलीकल इब्न अल हसन अलैहि सलातु वस्सलाम, सलवातुक अलैहि व अला अबाहि फी अज़्ज़ात व फी कुल्ले सात من سات الليل والنهار وليا وحافظا وقائدا وناصرا ودليلا وإن انحطى تسكنه बिस्मिल्लाह रहमान रहीम, या काशफल कर बे कर बे वकरबल मोमिनीन बे हक आखी काल हुसैन या बाबला हवाए वाया मुहम्मद व अजिल फरज आले मुहम्मद, बीबी आदि हिकमाए नहीं जख्मी सारे काफले विच
ਨੀਆਂ ਦੇ ਪਰਦੇ ਉਹਨੇ ਮਕਸਦ ਹੀ ਮੁਕਾਨ ਹੈ ਨੌਕਰ ਸ਼ਾਮ ਦੇ ਸੱਦਰ ਬਾਜ਼ਾਰ ਦੇ ਪਹਿਲੇ ਚੌਕ ਤੇ ਰਸ਼ ਵਧਦਾ ਹੈ ਮੇਰੀ ਸੈਣ ਦੀ ਆਵਾਜ਼ ਆਈ ਲੋਗੋ ਚਾਦਰ ਡੋ ਮੈਂ ਅਲੀ ਦੀ ਧੀਆ ਇਓ ਐਲਾਨ ਹਰ ਕੈ ਸੁਣਾਏ ਹਿੰਦਾਂ ਦੀ ਧੀਏ ਨਾਮ ਜਿਹਦੇ ਰਮਲਾਏ ਐਲਾਨ ਸੁਣ ਕੇ ਬਾਜ਼ਾਰ ਸ਼ਾਮ ਚਾਈ ਹਰ ਮਸਤੂਰ ਤੇ ਨਿਗਾਹ ਪਈ ਸੀ ਜਦਾਂ ਹੁਸੈਨ ਮਜ਼ਲੂਮ ਦੀ ਜ਼ਖਮੀ ਕੰਨਾਂ ਵਾਲੀ ਧੀ ਤੇ ਨਿਗਾਹ ਪਈ ਸੀ ਇਵੇਂ ਆਈਏ ਜਿਵੇਂ ਜਿਕ ਦੇ ਪਾਸੇ ਪਾਣੀ ਆਉਂਦਾ ਹੈ ਚਾਚਾ ਪਹਿਲਾ ਸਵਾਲ ਕਰਕੇ ਆ ਦੀਏ ਮਾਸੂਮਾ ਤੇਰੇ ਕੰਨ ਜ਼ਖਮੀ ਕਿਉਂ ਹੈ ਦੂਜਾ ਸਵਾਲ ਕਰਕੇ ਆ ਦੀਏ ਮਾਸੂਮਾ ਤੇਰਾ ਚਿਹਰਾ ਜ਼ਖਮੀ ਕਿਉਂ ਹੈ ਮੇਰੀ ਸੈਣ ਰਮਲਾ ਕੋ ਜਵਾਬ ਦੇ ਕੇ ਆ ਦੀਏ ਹਿਕ ਮੈਂ ਨਹੀਂ ਜ਼ਖਮੀ ਸਾਡੇ ਕਾਫਲੇ ਵਿੱਚ ਤੇ ਕੁੱਲ ਜ਼ਖਮੀ ਪਰਦਾਦਾਰ ਬੀਬੀ ਆ ਦੀਏ ਤੇਰੇ ਸ਼ਹਿਰ ਦੀਆਂ ਵਸਦੀਆਂ ਔਰਤਾਂ ਨੇ ਸਾਕੂ ਪੱਥਰ ਬਾਜ਼ਾਰ ਚ ਮਾਰ ਨੌਕਰ ਬਾਬਾ ਨੌਕਰ ਬਾਬਾ ਤੇਰੇ ਸ਼ਹਿਰ ਦੀਆਂ ਵਸਦੀਆਂ ਔਰਤਾਂ ਨੇ ਸਾਕੂ ਪੱਥਰ ਬਾਜ਼ਾਰ ਚ ਮਾਰੇ ਬੀਬੀ ਆਦੀਏ ਬਾਈ ਹਰ ਮਸਤੂਰ ਦਾ ਸਰ ਜ਼ਖਮੀ ਤੇ ਮੇਰੇ ਜ਼ਖਮੀ ਨੂੰ ਰੁਖਸਾਰੇ ਵਜ੍ਹਾ ਕਿਆ ਹੈ ਬੀਬੀ ਆਦੀਏ ਮੈਂ ਪਿਉ ਦੇ ਸਰ ਦੋ ਹੈ ਵੋ ਦੇ ਦੀ ਹਮ ਵੋ ਏ ਜ਼ਾਲਿਮ ਜ਼ੁਲਮ ਸਦਕੇ ਥੀ ਮੌਲਾ ਜਾਣਦਾ ਬੜੀ ਰੂਹਾਨੀਅਤ ਵਾਲੀ ਮਜਲਿਸ ਜੀ ਬਾਬਾ ਮੈਂ ਨੌਕਰ ਬਾਬਾ ਇੱਕ ਮੈਂ ਨਹੀਂ ਜ਼ਖਮੀ ਸਾਡੇ ਕਾਫਲੇ ਵਿੱਚ ਤੇ ਕੁੱਲ ਜ਼ਖਮੀ ਪਰਦਾਦਾਰ ਬੀਬੀ ਆਦੀਏ ਤੇਰੇ ਸ਼ਹਿਰ ਦੀਆਂ ਵਸਦੀਆਂ ਔਰਤਾਂ ਨੇ ਸਾਕੂ ਪੱਥਰ ਬਾਜ਼ਾਰ ਚ ਮਾਰ ਬੀਬੀ ਆਦੀਏ ਬਾਈ ਹਰ ਮਸਤੂਰ ਦਾ ਸਰ ਜ਼ਖਮੀ ਤੇ ਮੇਰੇ ਜ਼ਖਮੀ ਨੂੰ ਰੁਖਸਾਰੇ ਰੋ ਰੋ ਕੇ ਆਦੀਏ ਮੈਂ ਪਿਉ ਦੇ ਸਰ ਦੋ ਦੇ ਦੀ ਹਮ ਤੁਹਾਡੇ ਆਸੂ ਕਬੂਲ ਫਰਮਾਵੇ 14 ਦਾ ਸਦਕਾ ਅਗਰ ਤੁਹਾਡੀ ਤਵੱਜੋ ਮੇਰੇ ਪਾਸੇ ਹੋਵੇ ਮੈਂ ਇੱਥੇ ਹੀ ਜਿੱਥੋਂ ਤੁਹਾਡੀਆਂ ਵਸਦੀਆਂ ਅੱਖੀ ਚੱਲਦੀਆਂ ਪੈਣਾ ਇੱਥੇ ਹੀ ਨੂੰ ਆ ਸ਼ੁਰੂ ਕਰਨਾ ਚਾਹੁੰਦਾ ਤੁਹਾਡੀ ਅੱਖ ਜਾਣੇ ਸ਼ਾਮ ਦੇ ਲੁੱਟੀ ਹੋਈ ਸਹਿਣ ਜਾਣੇ ਸਪੀਕਰ ਵਾਲੀ ਤਵੱਜੋ ਖਤਮ ਪਹਿਲੀ ਪੁਰਸਦਾਰੀ ਏ ਕੋਸ਼ਿਸ਼ ਪਏ ਕਰੇ ਹਰ ਮਜ਼ਲੂਮ ਦੇ ਆਜ਼ਾਦਾਰ ਦੇ ਆਸੂ ਆ ਵੰਜਨ ਬਾਜ਼ਾਰ ਸ਼ਾਮ ਚ ਰਮਲਾ ਸਵਾਲ ਕੀਤਾ ਬੀਬੀ ਤੁਸੀਂ ਲੁੱਟੇ ਕਿਵੇਂ ਗਾਇਓ ਅਜ਼ਰ ਅਬਾਸ ਖਾਨ ਇੱਥੇ ਬੀਬੀ ਦਾ ਹਾਲ ਪੜ੍ਹਨਾ ਚਾਹੁੰਦਾ ਜੋ ਮੇਰੀ ਸੈਣ ਹਾਲ ਕਿਹੜਾ ਦਿੱਤਾ ਹੈ ਜੋ ਅਸਾਂ ਬਾਜ਼ਾਰ ਸ਼ਾਮ ਚ ਲੁੱਟੇ ਕਿਵੇਂ ਹੈ ਤੇਰੀ ਅੱਖ ਜਾਣੇ ਸ਼ਾਮ ਦੇ ਲੁੱਟੀ ਹੋਈ ਸਹਿਣ ਜਾਣੇ ਮੁਕੰਮਲ ਤਵੱਜੋ ਮੇਰੇ ਪਾਸੇ ਹੋਈ ਨਾ ਜਿਹੜਾ ਮੈਂ ਬਾਜ਼ਾਰ ਸ਼ਾਮ ਦਾ ਸੈਯਦਾ ਦਾ ਹਾਲ ਪੜ੍ਹਦਾ ਪਿਆ ਹਰ ਮਜ਼ਲੂਮ ਦੇ ਆਜ਼ਾਦਾਰ ਦੇ ਹੀਕ ਦਾ ਵਾਸੂ ਜ਼ਰੂਰ ਆ ਸੀ ਬੀਬੀ ਦੀ ਆਵਾਜ਼ ਆਈ ਤੇ ਕਪੂਰ ਮਿਲਾਵਾ ਲੁੱਟੀਆਂ ਦਾ ਆ ਸੁਣ ਰਮਲਾ ਅਸਾਈਂ ਉਜੜੇ ਕਪੂਰ ਮਿਲਾਵਾ ਲੁੱਟੀਆਂ ਦਾ ਆ ਸੁਣ ਰਮਲਾ ਅਸਾਈਂ ਉਜੜੇ ਤੇ ਕਪੂਰ ਮਿਲਾਵਾ ਲੁੱਟੀਆਂ ਦਾ ਸੁਣ ਰਮਲਾ ਉਹ ਸਕੂ ਲੁੱਟਾਣ ਕਿਤੇ ਥੈ ਕਰ ਬਲ ਵਿੱਚ ਲੁੱਟਾਣ ਕਿਤੇ ਥੈ ਕਰ ਬਲ ਵਿੱਚ ਕਈ ਮੁਲਕ ਜਮਾਇਆ ਸਈਂ ਉਜੜੇ ਸਾਕੂ ਕੋਈ ਇੱਕ ਲੁੱਟਣ ਵਾਲਾ ਸਾਕੂ ਤਾਂ ਮੁਲਕ ਲੁੱਟਣ ਵਾਲੇ ਆਏ ਨੌਕਰ ਬਾਬਾ ਨੀਆਂ ਦੇ ਪਰਦੇ ਹੋਏ ਮਜ਼ਲੂਮ ਦੇ ਮਾਤਮੀ ਅਜ਼ਾਦਾਰ ਮੇਰੀ ਸਹਿਲ ਦੇ ਪੁਰਸਦਾਰ ਮੇਰਾ ਯਕੀਨ ਹੈ ਸਾਰੇ ਮਾਤਮੀ ਅਜ਼ਾਦਾਰ ਰੋਵਣ ਹੈ ਮੇਰੇ ਸਾਹਮਣੇ ਹੁਸੈਨ ਦੀ ਤਸਦੀਦ ਦਾ ਜ਼ਿਕਰ ਖੁੱਲਾ ਹੋਏ ਮਲੰਗ ਬਸ਼ੀਰ ਇੱਕ 70 ਪੜ੍ਹਦਾ ਪਿਆ ਪੀਰ ਮੁਹੱਬਤ ਸ਼ਾਹ ਜੀ ਅਜ਼ਰ ਅਬਾਸ ਖਾਨ ਮੈਂ ਕੋਈ 70 ਨਾਲ ਪੂਰੇ ਨੂਹੇ ਚੋਂ ਸਭ ਤੋਂ ਜ਼ਿਆਦਾ ਪਿਆਰ ਹੈ
बीबी बाजार शाम पहला हाल दिता है बाजार शाम हल गए मेरी साइन दी आवाज आई है रमला ओ मेरे बाबा नाज मने कहे वक्त न रोवण दे नौकर बाबा मेरे बाबा नाज मने दा ओ कह वक्त न रावण दे ओ हुन सांग तू देख के रोंदा है सांग तू देख के रोंदा है मैदा चेहरा या सही उजड़े है ओ मैं सदक थेवा नौकर बाबा दिया ने पर्दे वने मातमे अलदार मेरी सैन उजड़े दूजा तारफ मेरी सैन दी आवाज आई है आ रमला मैंने करीब थिया देखो एक बहु वड़ा तारफ करे निया मेरी सैन ऊंजा ते आई है जिथा रात रोंदा खड़ा सी भिरा भिरा दे दामन छत पा के मेरी सैन रोंदी खड़ी आ दी खड़ी है ए मैदा वी रमहारी है जंदी रात अखियां तो जारी है ए मैदा वी रमहारी है जंदी रात अखियां तो जारी है ओ ई चादर डिठी अन सांग उते खिड जिगार गया साई उजड़े नौकर बाबा हर मातमी अलदार मुकान शामिल हो गए दिया दे पर्दे वने मतलब ने मातमी अलदार मैं दिसाइन ने रोवन आले मैंने यकीन है जितने इमाम बरगाए चैन ना सारे रोवन वास्ते है बैठे जहांगीर भाई ए हाल दिन जितने दुख लिखे हुए कम अज कम नौ दुख लिखे हुए तकरीबन मजाले से मैं दुख तो बाद कोई नहीं पड़ा अगर तू रोवण है मैं सैयद तेरी अकदा जामे ना त्रीजा तारो बीबी कराया केड़े मेरी साइन दे आवाज आई है ओ कुल लुटे होए पूर दिया सदा है सर घोड़े नाल अब्बास दा है हाय कर चोर रदियास दा है ओ सर घोड़े नाल अब्बास दा है ओ हई माणी अली दिया धीया दा हाय दिया धीया दा इदे बाद वाला या साई उजड़े हाय नौकर बाबा नौकर बाबा बड़ी सोनी मुकान जी बाबा मैं नौकर बाबा कुल लुटे होए पोर दियास दहे सर घोड़े नाल अब्बास दहे नौकर बाबा वल्ला इथा ही मिंबर छोड़ा हुसैन दे मातमी अदादार एक सैयदा दा हुक्म कीते हुंदा एक मिसरा अपने भिरा को मिंबर पेरन ओही हुसैन दी तसदी दा दुख है मेरा दिल लादे अगर मजलिस शुरू थई है ना एदा दुख च पड़ू जो हर मातमी दी इबादत हो वने ई हुसैन मजलूम दी तसदी अपने बाबे दे कत्ल तो बाद पीऊ दे कातिल दी जेड़ी मिन्नत कीती हुंदा एक मिसरा पढ़दे आए मैं को क्यों मरे नए क्यों झिड़का दे नए क्या तेरी जालिम औलाद कोई नहीं हाय क्यों झिड़का दे नए क्या तेरी जालिम औलाद कोई नहीं ओ कन जख्मी करके पिया दूर लहे नए ते को याद कोई नहीं ओ कन जख्मी करके पिया दूर लहे नए
ਕਰਦਾ ਜਾ ਦੂਰ ਲੈਣਾ ਕਿਆ ਆਪਣੀਆਂ ਧੀ ਦਾ ਕੋ ਯਾਦ ਕੋਈ ਨਹੀਂ ਨੌਕਰ ਬਾਬਾ ਨੌਕਰ ਬਾਬਾ ਖਤਮ ਨੌਕਰੀ ਜਿਹੜੀ ਸੱਤਰ ਵਾਸਤੇ ਨਵਾਂ ਸ਼ੁਰੂ ਕੀਤਾ ਮੈਂ ਕਿਹੜਾ ਮਜ਼ਲੂਮ ਦਾ ਮਾਤਮੀ ਹੈ ਜਿਹਦੀ ਹਾਏ ਨਹੀਂ ਨਿਕਲਦੀ ਪਿਓ ਦੇ ਕਤਲ ਤੋਂ ਬਾਅਦ ਮੇਰੀ ਸੈਣ ਪਿਓ ਦੇ ਕਾਤਿਲ ਦੇ ਅੱਗੋਂ ਹੱਥ ਬਦਲਣਾ ਪਹਿਲੀ ਮਿੰਨਤ ਕਰਕੇ ਮੇਰੀ ਸੈਣ ਦੀ ਆਵਾਜ਼ ਇਹ ਜ਼ਾਲਿਮਾ ਓ ਦੁਰ ਖੁਦ ਲੈ ਤੂੰ ਨਾ ਲਹਾਵੇਂ ਮੈਂ ਪਰਦਾਦਾਰਾ ਮੈਂ ਕੋ ਹੱਥ ਨਾ ਲਹਾਵੇ ਹਾਏ ਤੂੰ ਨਾ ਲਹਾਵੇਂ ਮੈਂ ਪਰਦਾਦਾਰਾ ਧਰ ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਨੌਕਰ ਬਾਬਾ ਓ ਦੁਰ ਖੁਦ ਲੈ ਤੂੰ ਨਾ ਲਹਾਵੇਂ ਮੈਂ ਪਰਦਾਦਾਰਾ ਮੈਂ ਕੋ ਹੱਥ ਨਾ ਲਾ ਓ ਅੱਬਾਸ ਜਾਣ ਗਏ ਹੁਣ ਸਾਡਾ ਬਨ ਵਿੱਚ ਹਾਏ ਮਾਣ ਮੁੱਕ ਗਏ ਬਨ ਵਿੱਚ ਨਿਗਰਾਨ ਗਾਜ਼ੀ ਦੇ ਬਾਦ ਕੋਈ ਨਹੀਂ ਮੇਰੀ ਸਾਰੀ ਇਬਾਦਤ ਕਬੂਲ ਫਰਮਾ ਆਓ ਆਓ ਜੀ।